ਇਹ ਤਾਂ ਕਮਾਲ ਦਾ ਖਿਡੌਣਾ ਹੈ। ਇਸ ਨੂੰ ਬਣਾਉਣ ਲਈ ਪਲਾਸਟਿਕ ਦੀਆਂ ਬੋਤਲਾਂ, ਡੰਡੀਆਂ, ਸਾਈਕਲ ਦੇ ਪਹੀਏ ਦੀ ਡੰਡੀ, ਭਾਰ ਸਪੋਕ, ਸਟੀਲ ਦੀ ਤਾਰ ਤੇ ਇੱਕ ਗੋਲ ਚੁੰਬਕ ਦੀ ਲੋੜ ਹੈ। ਚਾਰ ਲੰਬੀ ਲੱਕੜ ਦੀਆਂ ਡੰਡੀਆਂ ਨੂੰ ਇੱਕ ਪੁਰਾਣੀ ਪਲਾਸਟਿਕ ਬੋਤਲ ਵਿੱਚ ਟਿਕਾਓ ਤਾਂ ਜੋ ਇਹ ਇੱਕ ਚਾਰ ਲੱਤਾਂ ਵਾਲਾ ਜਾਨਵਰ ਵਾਂਗ ਦਿਖੇ। ਫਿਰ ਬੋਤਲ ਨੂੰ ਪੱਖੇ ਦੇ ਹੇਠਾਂ ਰੱਖੋ। ਹਵਾ ਨਾਲ ਪ੍ਰੋਪੈਲਰ ਘੁੰਮਦਾ ਹੈ, ਇਸ ਨਾਲ ਸਾਈਕਲ ਦੇ ਪਹੀਏ ਦੀਆਂ ਡੰਡੀਆਂ ਘੁੰਮਦੀਆਂ ਹਨ। ਡੰਡੀ ਦੇ ਨੀਚਲੇ ਪਾਸੇ ਚੁੰਬਕ ਨਾਲ ਚੁੰਬਕ ਦਾ ਪ੍ਰਭਾਵ ਆ ਜਾਵੇਗਾ। ਜੇ ਤੁਸੀਂ ਸਟੀਲ ਦੀ ਤਾਰ ਨੂੰ ਤਾਰੇ ਵਾਂਗ ਰੱਖੋ, ਇਹ ਹੌਲੀ ਹੌਲੀ ਘੁੰਮਦੀ ਡੰਡੀ ਅੰਦਰ ਚੱਲਣ ਲੱਗ ਪਵੇਗੀ। ਜੇ ਤੁਸੀਂ ਸੱਪ ਬਣਾਓ ਤਾਂ ਇਹ ਅੱਗੇ ਪਿੱਛੇ ਹੋਣ ਲੱਗ ਪਵੇਗਾ। ਤੁਸੀਂ ਇੱਕ ਪਿੰਨ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਬਹੁਤ ਸੋਹਣੀ ਤਰ੍ਹਾਂ ਘੁੰਮੇਗਾ।